ਕੱਲ ਤੁਸੀਂ ਦੇਖਿਓ ਸੁਖਪਾਲ ਇਹਦੇ ਨੂੰ ਕਿਹਨੇ ਗੱਡੀ ਦੇ ਵਿੱਚ ਚੜਾਇਆ। ਮੈਂ ਅੱਜ ਤੱਕ ਕਿਸੇ ਜੰਕਸ਼ਨ ਚੜਾਉਂਦੇ ਨਹੀਂ ਦੇਖੇ ਕਦੇ। ਰਾਤ ਬਰਾਤੇ ਦੋਸ਼ੀ ਅੱਗੇ ਰਾਤ ਦੇ ਟਾਈਮ ਨੂੰ ਉਡੀਕਦਾ ਹੁੰਦਾ, ਲੇਕਿਨ ਅੱਗੇ ਰਾਤ ਤਾਂ ਦੋਸ਼ੀਆਂ ਦੇ ਟਾਈਮ ਉਡੀਕਦਾ। ਕਦੇ ਰਾਤ ਨੂੰ ਪੇਸ਼ ਹੁੰਦੇ ਜਾਂ ਕਿਤੇ ਕਦੇ ਦਿਨ ਪੇਸ਼ ਹੁੰਦੇ। ਦੁਹਾਈ ਕਾਹਦੀ ਦਿੱਤੀ ਜਾਂਦੀ ਹੈ? ਜਿੰਨਾ ਕਿ ਮੈਂ ਮਹਿਸੂਸ ਕਰ ਰਿਹਾ ਉਹ ਕੀ ਹੈ, ਜਿਹੜਾ ਗੈਂਗਸਟਰ ਪਾਦ ਹੈ ਉਹਨੂੰ ਬੜੇ ਸਤਿਕਾਰ ਦੇ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਨਾਲ ਕਿਤੇ ਵੀ ਮੈਨੂੰ ਦੋਸ਼ੀ ਵਤੀਰਾ ਜਿਵੇਂ ਦੋਸ਼ੀਆਂ ਦੇ ਨਾਲ ਕੀਤਾ ਜਾਂਦਾ ਮੈਨੂੰ ਨਹੀਂ ਸਮਝ ਆਉਂਦਾ। ਜਿਵੇਂ ਕਿ ਕੱਲ੍ਹ ਤੁਸੀਂ ਦੇਖਿਓ ਸੁਖਪਾਲ ਇਹਦੇ ਨੂੰ ਕਿਹਨੇ ਗੱਡੀ ਦੇ ਵਿੱਚ ਚੜਾਇਆ। ਮੈਂ ਅੱਜ ਤੱਕ ਕਿਸੇ ਗੈਂਗਸਟਰ ਨੂੰ ਚੜਾਉਂਦੇ ਨਹੀਂ ਦੇਖੇ ਕਦੇ। ਰਾਤ ਬਰਾਤੇ ਦੋਸ਼ੀ ਅੱਗੇ ਰਾਤ ਦੇ ਟਾਈਮ ਨੂੰ ਉਡੀਕਦਾ ਹੁੰਦਾ, ਲੇਕਿਨ ਅੱਜ ਰਾਤ ਤਾਂ ਦੋਸ਼ੀਆਂ ਦੇ ਟਾਈਮ ਉਡੀਕ ਦੇ। ਕਦੇ ਰਾਤ ਨੂੰ ਪੇਸ਼ ਹੁੰਦੇ ਜਾਂ ਕਿਤੇ ਕਦੇ ਦਿਨ ਪੇਸ਼ ਹੁੰਦੇ। ਦੁਹਾਈ ਕਾਹਦੀ ਦਿੱਤੀ ਜਾਂਦੀ ਹੈ? ਹਾਲਾਤਾਂ ਸੁਰੱਖਿਆ ਭਾਈ ਸਾਡੀ ਸੁਰੱਖਿਆ ਕੌਣ ਕਰੂਗਾ? ਜੇ ਦੋਸ਼ੀਆਂ ਦੀ ਸੁਰੱਖਿਆ ਇੰਨੀ ਜ਼ਰੂਰੀ ਹੈ ਫਿਰ ਸਾਨੂੰ ਦਾਤੇ ਕਾਹਤੋਂ ਲਾ ਰੱਖਿਆ ਭਾਈ? ਉਹਨਾਂ ਲਈ ਅਦਾਲਤਾਂ ਵੀ ਲੇਟ ਸੇਟ ਖੁੱਲ ਜਾਂਦੀਆਂ ਨੇ, ਮੈਡੀਕਲ ਵੀ ਲੇਟ, ਹਸਪਤਾਲ ਵੀ ਰਾਤ ਨੂੰ ਖੁੱਲ ਜਾਂਦੇ ਨੇ। ਪਰ ਜਿਹੜੇ ਆਹ ਲੋਕ ਹੈ ਜਿਹੜੇ ਟੈਕਸ ਦਿੰਦੇ ਆ ਇਹਨਾਂ ਨੂੰ ਹੋ ਸਕਦਾ ਦਿਨੇ ਪੱਤੀ ਆ ਤੁਸੀਂ ਕਟਾ ਕੇ ਫਿਰਦੇ ਹੋ ਡਾਕਟਰਾਂ ਦੇ। ਬਸ ਆਹੀ ਫਰਕ ਹੈ ਸਾਡੇ ਅਤੇ ਉਹਨਾਂ 'ਚ। ਰੌਲਾ ਕੀ ਹੈ? ਉਹਨਾਂ ਕੋਲ ਭਾਈ ਪੈਸਾ, ਉਹ ਪੈਸੇ ਨਾਲ ਸਾਡੇ ਸਿਸਟਮ ਨੂੰ ਖਰੀਦਦੇ ਆ। ਇਸੇ ਕਰਕੇ ਕਿਸੇ ਅਫਸਰ ਦੀ ਕਿਸੇ ਪ੍ਰਸ਼ਾਸਨ ਦੀ ਉਹਨਾਂ ਦੇ ਅੱਗੇ ਪੇਸ਼ ਨਹੀਂ ਜਾਂਦੀਆਂ। ਉਹ ਜਿਹੜੀ ਫੀਲਿੰਗ ਲੈਂਦੇ ਕਿ ਡੀਸੀ ਵਰਗੀ ਫੀਲਿੰਗ ਲੈਂਦੇ ਕਦੇ ਜਾਂਦੇ ਆ। ਇਸੇ ਚੀਜ਼ ਦੀ ਜਦੋਂ ਲੜਾਈ ਹੈ ਕੰਟਰੋਲ ਕਰ ਲਉਂਗੇ ਇਹਨਾਂ ਚੀਜ਼ਾਂ ਨੂੰ ਤੁਹਾਡੇ ਹੱਥ ਦੇ ਵਿੱਚ ਹੈ। ਮੈਂ ਗੱਲ ਤੁਹਾਡੇ ਨਾਲ ਤਾਂ ਕਰਦਾ, ਤੁਸੀਂ ਮੇਰਾ ਪਰਿਵਾਰ ਹੋ, ਤੁਸੀਂ ਇਸ ਦਰਦ ਨੂੰ ਮਹਿਸੂਸ ਕਰਦੇ ਹੋ, ਤਾਂ ਤੁਹਾਡੇ ਅੱਗੇ ਜਿਹੜੀਆਂ ਸਾਰੀਆਂ ਗੱਲਾਂ ਮੈਂ ਖੋਲ੍ਹ ਕੇ ਰੱਖ ਦਿੰਦਾ। ਔਰ ਤੁਸੀਂ ਇਸ ਚੀਜ਼ ਤੋਂ ਸਿੱਖਣਾ, ਮਹਿਜ਼ ਇਹ ਨਹੀਂ ਹੈ ਕਿ ਤੁਸੀਂ ਆਓ ਦੋ ਫੋਟੋਆਂ ਖਿੱਚੋ ਚੱਲ ਜਾਓ, ਏਦਾਂ ਤਾਂ ਸਾਰੀ ਜ਼ਿੰਦਗੀ ਚੱਲਦਾ ਰਹਿਣਾ। ਅਸੀਂ ਕਦੇ ਕਿਸੇ ਨੂੰ ਮੋੜਿਆ ਨਹੀਂ, ਪਰੰਤੂ ਹਾਲਾਤ ਬਹੁਤ ਸਖ਼ਤ ਨੇ। ਸਰਕਾਰ ਨਾਂ ਦੀ ਚੀਜ਼ ਕਿਤੇ ਦਿਖਾਈ ਨਹੀਂ ਦੇ ਰਹੀ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਿਹੜਾ ਹਾਲ ਹੈ ਬਹੁਤ ਬੁਰਾ, ਬਹੁਤ ਤੋਂ ਬਹੁਤ ਬੁਰਾ ਹੋਇਆ ਪਿਆ। ਦੋਸ਼ੀਆਂ ਨੇ ਇਲਾਕੇ ਬੰਨ ਰੱਖੇ ਨੇ, ਇੱਕ ਬੰਦਾ ਮਰਡਰ ਕਰਕੇ ਜਾਂਦਾ ਉਹ ਦੋ ਚਾਰ ਪਿੰਡਾਂ 'ਚ ਕਿਸੇ ਕਾਰੋਬਾਰੀ ਨੂੰ, ਕਿਸੇ ਚੰਗੇ ਦੁਕਾਨਦਾਰ ਨੂੰ ਉਂਗਲਾਂ 'ਤੇ ਗਿਣ ਲੈਂਦੇ ਆ, ਅਤੇ ਮੁੜ ਕੇ ਕੋਈ ਉਹਨਾਂ ਦੀ ਐਫ ਆਈ ਆਰ ਨਹੀਂ ਲਿਖਦਾ। ਬਹੁਤ ਬੁਰਾ ਹਾਲ ਆ ਮੇਰੇ ਮੌਲਾਂ ਦੇ ਨਾਲ। ਤੁਸੀਂ ਦੇਖੋ ਕੱਪੜੇ ਦਾ ਵਪਾਰੀ ਹੈ, 15 ਲੱਖ ਦੀ ਫਰੋਖਤੀ ਵੀ ਲੈ ਗਏ, ਉਹ ਵਿਲ ਕੇ ਜਾਂਦਾ। ਇੱਕ ਜਾ ਕੇ ਉਹ ਆਪ ਉਹਦੀ ਮੈਂ ਜਦੋਂ ਸੁਣੀ ਹੈ ਵੀ ਕਦਾ ਲੱਖਾਂ ਸੁਣਨ ਆ ਕੇ ਮੇਰੇ ਨਾਲ ਖੜ ਗਿਆ, ਕਿਸੇ ਬੰਦੇ ਨੇ ਮੇਰੀ ਬਾਂਹ ਨਹੀਂ ਫੜੀ ਜਾਂਦਾ। ਅਤੇ ਉਹ ਸੰਗਤ ਥਾਣੇ ਦਾ ਵੀ ਉਹਨੇ ਨਾਂ ਲਿਆ, ਕੁਛ ਅਧਿਕਾਰੀਆਂ ਦੇ ਨਾਮ ਵੀ ਉਹਨੇ ਬੰਦੇ ਮੁੰਡੇ ਦੇ ਲਏ ਨੇ। ਤਾਂ ਕਿੱਡੀ ਸ਼ਰਮ ਦੀ ਗੱਲ ਹੈ, ਜੇ ਬਾਹਰ ਹੀ ਖੇਤ ਨੂੰ ਖਾਣ ਲੱਗ ਗਈ ਤਾਂ ਅਸੀਂ ਕਿਹਦੇ ਹਾਸੇ ਬੈਠੇ ਮਿਲੇ? ਤੋ ਸਾਡਾ ਤਾਂ ਰਾਬੀ ਵਾਲੀ ਵਾਰਸ ਹੈ। ਇੰਨੀਆਂ ਗੱਲਾਂ ਕਹਿੰਦਾ ਕੋਈ ਸ਼ਬਦ ਕਿਸੇ ਨੂੰ ਵੀਰ ਭਾਈ ਨੂੰ ਮੇਰੇ ਜਵਾਨ ਨੂੰ ਬੁਰਾ ਲੱਗਿਆ ਹੋਵੇ, ਹੱਥ ਜੋੜ ਕੇ ਤੁਹਾਡੇ ਤੋਂ ਮਾਫ਼ੀ ਚਾਹਵਾਂ। ਤੁਸੀਂ ਮੇਰੇ ਪਰਿਵਾਰ ਦਾ ਸਾਥ ਦਿੱਤਾ, ਮੈਂ ਤੁਹਾਡਾ ਕਰਜ਼ਦਾਰ ਹਾਂ। ਪਰਮਾਤਮਾ ਤੁਹਾਡੇ ਸਾਰਿਆਂ ਦੇ ਪਰਿਵਾਰਾਂ 'ਤੇ ਮਿਹਰ ਭਲੇ ਹੱਥ ਬਣਾਈ ਰੱਖੇ। ਔਰ ਅੱਗੇ ਤੋਂ ਭਵਿੱਖ ਤੋਂ ਵੀ ਤੁਹਾਡੇ ਤੋਂ ਇਹ ਉਮੀਦ ਰੱਖਦਾ, ਜਿਵੇਂ ਤੁਸੀਂ ਅੱਜ ਤੱਕ ਮੇਰੇ ਨਾਲ ਖੜ੍ਹੇ ਹੋ, ਅਗਰ ਮੈਂ ਕਿਤੇ ਆਵਾਜ਼ ਦੇਵਾਂ ਤਾਂ ਇਸ ਪੀੜ ਦਾ ਜ਼ਰੂਰ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।